ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਗੜਸ਼ੰਕਰ ਦੇ ਵਿਧਾਇਕ ਜੈਕਿਸ਼ਨ ਰੋੜੀ ਦਾ ਸਾਥ ਵੀ ਮਿਲ ਗਿਆ ਹੈ। ਜਿਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਜੈਕਿਸ਼ਨ ਗੜਸ਼ੰਕਰ ਦਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਜੈਕਿਸ਼ਨ ਰੋੜੀ ਨੂੰ ਸਾਡੇ ਨਾਲ ਕੁਝ ਸ਼ੰਕਾਵਾਂ ਸਨ ਜਿਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜੈਕਿਸ਼ਨ ਰੋੜੀ ਨੇ ਕਿਹਾ ਹੈ ਕਿ ਆਪ ਦੀ ਦਿੱਲੀ ਹਾਈਕਮਾਨ ਤੱਕ ਪੰਜਾਬ ਦੀਆਂ ਅਸਲ ਗੱਲਾਂ ਪਹੁੰਚ ਨਹੀਂ ਰਹੀਆਂ ਅਤੇ ਉਹਨਾਂ ਕੋਲ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਜੈਕਿਸ਼ਨ ਨੇ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਖਹਿਰਾ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਤਾਂ ਉਹਨਾਂ ਨੇ ਸੁਖਪਾਲ ਖਹਿਰਾ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ। ਇੱਕ ਆਈਏਐਸ ਅਫਸਰ ਦਾ ਨਾ ਮਿਸਬਿਹੇਵ ਕੀਤਾ ਵਾ ਕਿ ਸਾਡੀਆਂ ਜਿਹੜੀਆਂ ਭੈਣਾਂ ਮੇਰੇ ਤੇ ਇਲਜ਼ਾਮ ਲਾਉਂਦੀਆਂ ਸੀ ਆਪਣੇ ਮੰਤਰੀ ਦਾ ਅਸਤੀਫਾ ਮੰਗਣਗੀਆਂ ਉੱਥੋਂ ਕੇਜਰੀਵਾਲ ਸਾਹਿਬ ਨੂੰ ਕਹਿ ਸਕਣਗੀਆਂ ਮੇਰਾ ਖਿਆਲ ਕਿ ਇਹ ਗਲਤ ਗੱਲ ਆ। ਉੱਥੇ ਦਿੱਲੀ ਦੇ ਵਿੱਚ ਮੰਤਰੀਆਂ ਨੂੰ ਔਰਤਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਦਲਿਤ ਦੀ ਗੱਲ ਕੀਤੀ, ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਜਾਤ ਪਾਤ ਦੀ ਰਾਜਨੀਤੀ ਤੋਂ ਅਸੀਂ ਕੋਹਾਂ ਦੂਰ ਹਾਂ। ਹੁਣ ਕਹਿੰਦੇ ਨੇ ਜੀ ਅਸੀਂ ਹਮਨੇ ਦਲਿਤ ਬਣਾ ਦਿਆ ਹੈ ਇਸ ਲਈ ਆਪ ਦਲਿਤ ਕਾ ਮੁਖਾਲਫ। ਕਿੱਥੇ ਅਸੀਂ ਦਲਿਤ ਦਾ ਵਿਰੋਧ ਕੀਤਾ ਵਾ? ਇੱਕ ਜਗ੍ਹਾ ਦਿਖਾ ਦਿਓ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਅਸੀਂ ਦਲਿਤਾਂ ਦਾ ਕਿਸੇ ਤਰ੍ਹਾਂ ਦਾ ਵਿਰੋਧ ਕੀਤਾ ਹੋਵੇ। ਸਾਨੂੰ ਫਿਰ ਰੰਗਰੇਟਾ ਗੁਰੂ ਕਾ ਬੇਟਾ ਸਾਡੇ ਗੁਰੂ ਸਾਹਿਬ ਸਿਖਾ ਕੇ ਮਾਨਸ ਕੀ ਜਾਤ ਸਭੀ ਇਹ ਕੀ ਪਹਿਚਾਨ ਵੋ। ਪਿੰਡਾਂ ਦੇ ਵਿੱਚ ਸਾਨੂੰ ਬਾਹਰਲਿਆਂ ਨੇ ਬਾਹਰਲੇ ਉਪਦੇਸ਼ ਕੀ ਦੇਣਗੇ? ਦੇਖੋ ਪਿੰਡਾਂ ਦੇ ਵਿੱਚ ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ, ਕਿਰਤੀਆਂ ਕਾਮਿਆਂ ਦਾ, ਦਲਿਤਾਂ ਦਾ ਨੌ ਅਤੇ ਮਾਸ ਦਾ ਰਿਸ਼ਤਾ ਵਾ, ਨੌ ਅਤੇ ਮਾਸ ਦਾ ਰਿਸ਼ਤਾ ਵਾ। ਉਹ ਸਾਨੂੰ ਬਾਹਰੋਂ ਉਪਦੇਸ਼ ਦੇਣਗੇ? ਬਿਲਕੁਲ ਬੇਬੁਨਿਆਦ। ਔਰ ਜਿਹੜਾ ਇੱਕ ਸ਼ਬਦ ਵਰਤ ਰਹੇ ਸੀਗੇ ਉਹ ਹਰਪਾਲ ਲਈ ਨਹੀਂ ਸੀਗਾ, ਉਹ ਹੁਣ ਤੁਸੀਂ ਸਮਝੋ ਇੱਕ ਪੰਜਾਬੀ ਫਿਲਮ ਦਾ ਕਰੈਕਟਰ ਹੋ ਕਿਹਦੇ ਵਾਸਤੇ। ਆਈ ਵਿਲ ਨੋਟ ਟੇਕ ਐਨੀਬਡੀਜ਼ ਨੇਮ ਹੇਅਰ ਆਲਸੋ। ਇੱਕ ਮਿੰਟ, ਮੇਰੀ ਗੱਲ ਕਹਿਣਾ ਚਾਹੁੰਦਾ ਕਿ ਦਲਿਤਾਂ ਦਾ ਉਪਦੇਸ਼ ਸਾਨੂੰ ਦੇਣ ਦੀ ਬਜਾਏ ਮੈਂ ਆਪਣੀ ਹੱਥ ਬੰਨ ਕੇ ਫਿਰ ਮੈਂ ਅਪੀਲ ਕਰੂੰਗਾ ਆਪਣੀ ਦਿੱਲੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਤਿੰਨ ਵੱਡੀਆਂ ਪੋਸਟਾਂ ਉੱਥੇ ਜਨਰਲ ਕੈਟੇਗਰੀ ਦੀਆਂ, ਕਨਵੀਨਰ, ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ ਆਰ ਆਲ ਜਨਰਲ ਕੈਟੇਗਰੀ। ਵਾਈ ਡੋਂਟ ਅਸੀਂ ਸੁਝਾਓ ਕਹਿੰਦੇ ਉੱਥੇ ਵੀ ਇੱਕ ਦਲਿਤ ਲਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਦਲਿਤ ਜਿਹੜੇ ਨੇ ਉਹ ਸਾਨੂੰ ਪਤਾ ਲੱਗੇ ਕਿ ਦਿੱਲੀ ਵਿੱਚ ਵੀ ਦਲਿਤਾਂ ਦਾ ਮਾਣ। ਮੇਰਾ ਖਿਆਲ ਹੈ ਕਿ ਕੈਬਨਿਟ ਵਿੱਚ ਵੀ ਦਲਿਤ ਨਹੀਂ ਹੈ ਕੋਈ, ਇਫ ਆਈ ਐਮ ਨੋਟ ਰੋਂਗ, ਸਬਜੈਕਟ ਟੂ ਕਰੈਕਸ਼ਨ। ਐਂਡ ਆਈ ਥਿੰਕ PAC ਦੇ ਵਿੱਚ ਵੀ ਇੱਕ ਅੱਧਾ ਹੀ ਕੋਈ ਦਲਿਤ ਹੈਗਾ ਇਨ ਦੀ ਇੰਟਾਇਰ ਕਮੇਟੀ। ਸੋ ਦੇਰ ਸ਼ੁੱਡ ਬੀ ਫੇਅਰ ਰੈਪ੍ਰਜੈਂਟੇਸ਼ਨ ਟੂ ਆਲ ਐਂਡ ਵਨ। ਦੂਜਾ ਹੈਗਾ ਕਿ ਅਸੀਂ ਤਾਂ ਦਲਿਤਾਂ ਦੇ ਲੱਗਣ 'ਤੇ ਬਹੁਤ ਖੁਸ਼ ਹਾਂ। ਸਾਡੇ ਕੋਲ ਤਿੰਨ ਦਲਿਤ MLA ਜਿਹੜੇ ਪੰਜਾਬ ਦੇ ਨੇ, ਮਾਸਟਰ ਬਲਦੇਵ ਸਿੰਘ ਜੀ ਜੈਤੋ ਤੋਂ, ਪਿਰਮਲ ਸਿੰਘ ਖਾਲਸਾ ਇੱਕ ਬਹੁਤ ਜੁਝਾਰੂ MLA ਭਦੌੜ ਤੋਂ, ਜੱਗਾ ਜਾਂ ਜਗਤਾਰ ਸਿੰਘ ਜੱਗਾ ਹਿੱਸੋਵਾਲ ਫਰੋਮ ਰਾਏਕੋਟ, ਜਿਹੜੇ ਪੰਜਾਬ ਦੇ ਹਿਤੈਸ਼ੀ ਨੇ। ਲਾ ਦਿਓ ਇਹਨਾਂ ਤਿੰਨਾਂ ਤੋਂ ਕੋਈ MLA ਦੇ ਵਿੱਚੋਂ LOP, ਅਸੀਂ ਉਹਦੇ ਨਾਲ ਵੀ ਸਹਿਮਤ ਹਾਂ। ਅਖੀਰ ਵਿੱਚ ਤਿੰਨ ਪ੍ਰੋਗਰਾਮ ਨੋਟ ਕਰ ਲਓ ਸਾਡੀ ਪਾਰਟੀ ਦੇ ਆਉਣ ਵਾਲੇ ਦਿਨਾਂ 'ਚ। ਇੱਕ ਤਾਂ ਅਸੀਂ 11 ਤਰੀਕ ਨੂੰ ਸਤਿਕਾਰਯੋਗ MLA ਸਾਹਿਬ ਗੜਸ਼ੰਕਰ ਨੇ ਕਹਿਤਾ ਕਿ ਹੁਸ਼ਿਆਰਪੁਰ ਦਾ ਵੈਨਿਊ ਸ਼ਿਫਟ ਕਰਕੇ ਗੜਸ਼ੰਕਰ ਕੀਤਾ, ਇਟਸ ਪਾਰਟ ਆਫ ਦਾ ਸੇਮ ਡਿਸਟ੍ਰਿਕਟ। ਅਸੀਂ ਉੱਥੇ ਵਾਲੰਟੀਅਰਸ ਮੀਟ ਕਰਨ ਚੱਲੇ ਹਾਂ। ਮੇਰੀ ਸਭ ਨੂੰ ਅਪੀਲ ਆ ਕਿ ਜੋ ਵੈਨਿਊ, ਜੋ ਟਾਈਮ ਸਾਡੇ ਸਤਿਕਾਰਯੋਗ ਜੈ ਸਿੰਘ ਜੀ ਰੋੜੀ MLA ਸਾਹਿਬ ਦੇਣਗੇ, ਹੁੰਮ ਆ ਕੇ ਪਹੁੰਚਣਾ ਸਾਰੇ। ਜਿਹੜੇ ਉਦਾਸ ਬੈਠੇ ਨੇ ਘਰਾਂ 'ਚੋਂ, ਉਦਾਸੀ ਲਾ ਦਿਓ, ਛੱਡ ਦਿਓ। ਅੱਜ ਪੰਜਾਬ ਦੇ ਵਿੱਚ ਆਪਾਂ ਇੱਕ ਨਵੀਂ ਲਹਿਰ ਪੈਦਾ ਕਰਨੀ ਆ। ਸੋ 11 ਤਰੀਕ ਸਵੇਰੇ 11 ਵਜੇ ਅਸੀਂ ਸਭ ਤੁਹਾਡੇ ਗੜਸ਼ੰਕਰ ਵਿਖੇ ਪਹੁੰਚਦੇ ਹਾਂ, ਉੱਥੇ ਹੁੰਮ ਆ ਕੇ MLA ਸਾਹਿਬ ਦੇ ਸੱਦੇ ਉੱਤੇ ਪਹੁੰਚਣਾ। 15 ਤਰੀਕ ਨੂੰ ਅਸੀਂ ਕਰਨੈਲ ਸਿੰਘ ਜੀ ਇਸੜੂ, ਮਹਾਨ ਸ਼ਹੀਦ ਪੰਜਾਬ ਦੇ, ਔਰ ਉੱਥੇ ਹੀ ਇੱਕ ਸਰਦਾਰ ਭੁਪਿੰਦਰ ਸਿੰਘ, ਮਹਾਨ ਕਿਸਾਨ ਆਗੂ ਸ਼ਹੀਦ, ਦੋਨਾਂ ਦੀ 15 ਅਗਸਤ ਨੂੰ ਅਸੀਂ ਇਸੜੂ ਪਹੁੰਚ ਰਹੇ ਹਾਂ ਸਾਰੇ। ਉਸ ਦੀ ਡਿਟੇਲਸ ਵੀ ਆਰ ਗੋਇੰਗ ਟੂ ਵਰਕ ਆਊਟ ਇਮੀਡੀਏਟਲੀ ਆਫਟਰ ਦਿਸ ਪ੍ਰੈਸ ਕਾਨਫਰੰਸ। ਤੀਸਰਾ, 25 ਅਗਸਤ ਨੂੰ
ਗੁਰਦਾਸਪੁਰ ਵਿਖੇ ਇੱਕ ਵਿਸ਼ਾਲ ਵਾਲੰਟੀਅਰਸ ਮੀਟਿੰਗ, ਉਹੀ ਗੁਰਦਾਸਪੁਰ ਜਿੱਥੇ ਬਹੁਤ ਥੋੜ੍ਹੀ ਵੋਟ ਪਈ ਸੀ, ਜਮਾਨਤਾਂ ਜ਼ਬਤ ਹੋਈਆਂ ਸੀ, ਲੇਕਿਨ ਅੱਜ ਉਹੀ ਗੁਰਦਾਸਪੁਰ ਇਸ ਤਰ੍ਹਾਂ ਹੋਇਆ ਖੜਿਆ ਵਾ, ਔਰ ਅਸੀਂ ਉੱਥੇ ਜਾਵਾਂਗੇ ਔਰ ਅਸੀਂ ਆਪਣੇ ਵਾਲੰਟੀਅਰਸ ਦੇਅਰ ਆਫਟਰ ਸਾਰੇ ਪੰਜਾਬ ਦੇ ਅਸੀਂ ਜਿੱਥੇ ਜਿੱਥੇ ਸਾਡੇ ਜ਼ਿਲ੍ਹੇ ਹੋਣਗੇ ਡਿਸਟ੍ਰਿਕਟ ਲੈਵਲ ਪ੍ਰੋਗਰਾਮਸ ਕਰਾਂਗੇ, ਅਤੇ ਇਨ ਦਾ ਮੀਨ ਟਾਈਮ ਛੋਟੀਆਂ ਮੀਟਿੰਗਸ ਵੀ ਵਾਲੰਟੀਅਰਸ ਅਗਰ ਕਿਤੇ ਕਹਿਣਗੇ ਬਲੋਕ ਲੈਵਲ ਦੀਆਂ ਜਾਂ ਅਸੈਂਬਲੀ ਪੱਧਰ ਦੀਆਂ, ਉਹਨਾਂ 'ਤੇ ਵੀ ਵਿਚਾਰ ਚਰਚਾ ਕਰਕੇ ਕੰਸੈਂਸਸ ਬਣਾ ਕੇ ਡੇਟਸ ਦਿੱਤੀਆਂ ਜਾਣਗੀਆਂ। ਸੋ ਇਹ ਅੱਜ ਦਾ ਬੇਸਿਕ ਸਾਡੇ ਏਜੰਡਾ ਸੀਗਾ। ਯੂ ਕੈਨ ਟੇਕ ਅੱਜ ਜਿਹੜਾ ਅਸੀਂ ਹਰਪਾਲ ਸਿੰਘ ਚੀਮਾ ਦਾ ਵਿਰੋਧ ਨਹੀਂ ਕਰ ਰਹੇ ਗੇ, ਅਸੀਂ ਜਿਹੜੇ ਉਹ ਸਿਸਟਮ ਨੂੰ ਲੈ ਕੇ ਚੱਲ ਰਹੇ ਹਾਂ, ਪੱਤਾ ਖੇਡ ਰਹੇ ਹਾਂ ਅਸੀਂ ਵਾਲਾ ਉਹਦੇ ਖਿਲਾਫ ਹੈ। ਅਸੀਂ ਚੰਗਾ ਵਧੀਆ ਕੰਮ ਚੱਲਦਾ ਸੀ, ਫਿਰ ਅਸੀਂ ਉਹਨਾਂ ਨੂੰ ਕਹਿ ਕੇ ਆਇਆ ਮਨੀਸ਼ ਸਿਸੋਦੀਆ ਜੀ ਨੂੰ, ਬਈ ਪੰਜਾਬ ਦਾ ਪ੍ਰਧਾਨ ਦਾ ਉਹਦਾ ਜਿਹੜਾ ਹਜੇ ਖਾਲੀ ਪਿਆ, ਜੇ ਤੁਸੀਂ ਐਸੀਆਂ ਨੂੰ ਮਤਲਬ ਵਡੱਪਣ ਦੇਣਾ ਚਾਹੁੰਦੇ ਹੋ, ਐਸੀਆਂ ਨੂੰ ਨਾਲ ਵੋਟਰਾਂ ਨੂੰ ਜੋੜਨਾ ਚਾਹੁੰਦੇ ਹੋ, ਤਾਂ ਐਸੀ ਦਾ ਜਿਹੜਾ ਪੰਜਾਬ ਪ੍ਰਧਾਨ ਜਿਹੜਾ ਚੀਮਾ ਸਾਹਿਬ ਨੂੰ ਉੱਧਰ ਲਾ ਦਿਓ, ਸਾਡੇ ਕੋਲ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈਗੇ ਆ, ਇੱਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ। ਤਾਂ ਕਹਿਣ ਦਾ ਮਤਲਬ ਹੈ ਇਹ ਸਾਰਾ ਪੱਤਾ ਖੇਡਿਆ ਜਾ ਰਿਹਾ ਜੀ, ਅਸੀਂ ਇਹ ਪੱਤਾ ਪੰਜਾਬ ਦੇ ਵਿੱਚ ਬਰਦਾਸ਼ਤ ਕਰਨ ਵਾਲੇ ਨਹੀਂ, ਕਿਉਂਕਿ ਐਸੀ ਵੀ ਸਾਰੀ ਗੱਲ ਸੁਣਦੇ, ਜਿਹੜੇ ਪੜ੍ਹੇ ਲਿਖੇ ਬੰਦੇ ਉਹ ਸਾਰੇ ਸਮਝਦੇ ਆ ਵੀ ਇਹ ਤੁਹਾਨੂੰ ਗੁੰਮਰਾਹ ਕਰਕੇ ਉਲਟਾ ਪੁਲਟਾ ਕਰਕੇ ਤੁਹਾਨੂੰ ਮਤਲਬ ਕਰਕੇ ਸਾਰਾ ਕੁਝ ਕਰਨਾ ਚਾਹੁੰਦੇ ਆ, ਅਸੀਂ ਇਸ ਨੂੰ ਬਿਲਕੁਲ ਕੱਟ ਕਰਦੇ ਹਾਂ ਜੀ, ਇਸ 'ਤੇ ਨਹੀਂ ਕਰਦੇ। ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।